ਬਖਸ਼ੀ ਹੋਏ ਸਵਾਸਾ ਰੂਪੀ ਪੂੰਜੀ ਨੂੰ ਭੋਗਦੇ ਹਾਂ, ਇਸ ਮਾਤਲੋਕ ਦੀ ਯਾਤਰਾ ਕਰਦੇ ਹਾਂ। ਆਪ ਜੀ ਦੇ ਸੱਦੇ ਨੂੰ ਪ੍ਰਵਾਨ ਕਰਕੇ ਅਕਾਲ ਚਲਾਣਾ ਕਰ ਗਏ ਸਨ। ਵਿਛੜੀ ਹੋਈ ਆਤਮਾ ਦੇ ਨਿਮਿਤ ਰੂਹ ਦੀ ਕਲਿਆਣਤਾ ਦੇ ਲਈ ਪਿੱਛੋਂ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਇਕੱਤਰ ਹੋ ਕਰਕੇ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ੍ਰੀ ਸਾਹਿਬ ਜਾਪ ਆਪਣੇ ਗ੍ਰਹਿ ਵਿਖੇ ਪ੍ਰਾਰੰਭ ਕਰਵਾਏ। ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸ੍ਰੀ ਸਾਹਿਬ ਪਾਠਾਂ ਦੀ ਨਿਰਗੁਣਤਾ ਸਹਿਤ ਸੰਪੂਰਨਤਾ ਹੋਈ। ਉਪਰੰਤ ਪਾਵਨ ਗੁਰਬਾਣੀ ਦਾ ਕੀਰਤਨ ਹੋਇਆ, ਗੁਰਮਤਿ ਵਿਚਾਰਾਂ ਹੋਈਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦੇ ਹਾਂ। ਆਪ ਜੀ ਦੀ ਆਗਾਹ ਬੁਧਬਾਣੀ ਪੜ੍ਹਦੇ ਹਾਂ। ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਕਿਰਪਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸੁਧ ਸਮੇਤ ਗੁਰਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ। ਵਿਛੜੀ ਹੋਈ ਆਤਮਾ ਨੂੰ ਜੰਮਣ ਮਰਨ ਤੋਂ ਰਹਿਤ ਕਰਕੇ ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਂ ਪਾਸ ਨਿਚਲ ਵਿਸ਼ਰਾਮ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਅੱਗੇ ਵਾ ਇੱਕ ਨਾਨਕ ਕੀ ਅਰਦਾਸੇ ਸ੍ਰੀ ਵਾਹਿਗੁਰੂ ਜੀ। ਸੁਰਤ ਮਹਲਾ ਨਾਵਾਂ
ਪ੍ਰੀਤਮ ਜਾਣ ਲਿਓ ਮਨ ਮਾਹੀ ਚਲੋ ਬਾਹਰ ਆਪਣੇ ਸੁਖ ਸੋਹੀ ਜਗ ਫਾਂਦੇ ਹੋ ਕੋ ਕਾਉ ਕੋ ਨਾਈ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਂਦੇ ਹੋ ਕੋ ਕਾਉ ਕੋ ਨਾਈ ਰਾਉ ਸੁਖ ਮਹਾਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭੀ ਸੰਗ ਛਾਡਿਤ ਕੋ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਉ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਉ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ ਵਾਹਿਗੁਰੂ ਅੱਜ ਆਪਾਂ ਇੱਕ ਮਹਾਨ ਸ਼ਖਸੀਅਤ ਮਾਸਟਰ ਮੁਖਤਿਆਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਤਾਇਆ ਜੀ ਸਰਦਾਰ ਮੁਖਤਿਆਰ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਮਾਸਟਰ ਮੁਖਤਿਆਰ ਸਿੰਘ ਜੀ ਇੱਕ ਰੱਬੀ ਰੂਹ ਵਾਂਗ ਸਾਂ। ਮੇਰਾ ਉਹਨਾਂ ਨਾਲ ਬਹੁਤ ਪੁਰਾਣਾ ਰਿਸ਼ਤਾ ਸੀ। ਬਹੁਤ ਹੀ ਸਤਿਕਾਰਯੋਗ ਮਾਸਟਰ ਮੁਖਤਿਆਰ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਪਹੁੰਚੀ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਸਾਂ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਲਖਾਏ ਮੰਡਲ ਮੇ ਆਏ ਤੇ ਮਾਂ ਵਾਕਣ ਸਾਹਿਬ ਜੋ ਵੀ ਇਨਸਾਨ ਇਸ ਧਰਤੀ ਤੇ ਪੈਦਾ ਹੋਇਆ ਉਹ ਆਪਣੇ ਜਨਮ ਲੈਣ ਤੋਂ ਪਹਿਲਾਂ ਮਰਨ ਦਾ ਸਮਾਂ ਟਾਈਮ ਜੋ ਹੈ ਉਹ ਲਿਖਵਾ ਕੇ ਲਿਆਉਂਦਾ। ਮੇਰੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਵੈਦਾਕ ਸਚੀਤ ਕੋ ਜੋ ਜਾਣੇ ਜਾਂਦੇ ਮਾਸਟਰ ਮੁਖਤਿਆਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈ ਹੋਈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮੁਖਤਿਆਰ ਸਿੰਘ ਇਸ ਸੰਸਾਰ ਤੋਂ ਚਲੇ ਜਾਣ ਦੇ ਨਾਲ ਇਸ ਨਗਰ ਵਿੱਚ ਇਸ ਇਲਾਕੇ ਵਿੱਚ ਭਾਈਚਾਰੇ ਵਿੱਚ ਅਧਿਆਪਕ ਭਾਈਚਾਰੇ ਵਿੱਚ ਬਹੁਤ ਹੀ ਅਫਸੋਸ ਮਨਾਇਆ ਗਿਆ ਹੈ। ਸ੍ਰੀ ਮੁਖਤਿਆਰ ਸਿੰਘ ਜੀ ਸੱਚੀ ਸੁੱਚੀ ਸ਼ਖਸੀਅਤ ਸਨ, ਇੱਕ ਨੇਕ ਇਨਸਾਨ ਸਨ, ਇੱਕ ਵਧੀਆ ਅਧਿਆਪਕ ਸਨ, ਇੱਕ ਸਫਲ ਬਾਪ ਸਨ। ਇੱਕ ਅਧਿਆਪਕ ਦੇ ਤੌਰ 'ਤੇ ਉਹਨਾਂ ਨੇ ਇਸ ਇਲਾਕੇ ਵਿੱਚ ਗਿਆਨ ਦੀ ਰੋਸ਼ਨੀ ਵੰਡੀ। ਬਹੁਤ ਪ੍ਰਕਿਰਿਆ ਬਖਸ਼ੇ। ਮੈਂ ਨੈਸ਼ਨਲ ਦੁਕਾਨ ਸਾਹਿਬ ਪਾਰਟੀ ਵੱਲੋਂ ਸਰਦਾਰ ਮੁਖਤਿਆਰ ਸਿੰਘ ਸਰਦਾ ਦੇ ਫੁੱਲ ਭੇਟ ਕਰਦਾ ਹਾਂ ਔਰ ਲੱਖਾਂ ਵਾਸੀਆਂ ਦਾ ਵੀ ਇਸ ਪਰਿਵਾਰ ਨੂੰ ਮੈਂ ਸਾਰਿਆਂ ਦਾ ਦੁੱਖ ਸਾਂਝਾ ਕਰਦਾ ਹਾਂ। ਲਾਟ ਇਹੀ ਆ ਕਿ ਤੇਰਾ ਭਾਣਾ ਮਿੱਠਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਭ
पटिया में गई पाया
ਹਾਰ ਬਰਮ ਕਾ ਛੋਟ ਸੰਦਿਆ ਏਕ ਦਿਹਾੜੇ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਸਤਿਗੁਰੂ ਜੀਆਂ ਦੇ ਇਹਨਾਂ ਮਹਾਂਵਾਕ ਅਨੁਸਾਰ ਗੁਰਮੁਖ ਪਿਆਰੇ ਸਵਰਗਵਾਸੀ ਸਰਦਾਰ ਮਾਲਾ ਸਿੰਘ ਜੀ ਇਹਨਾਂ ਦੀ ਫੁਲਵਾੜੀ ਵਿੱਚੋਂ ਸਤਿਕਾਰਯੋਗ ਮਾਸਟਰ ਮੁਖਤਿਆਰ ਸਿੰਘ ਜੀ ਜੋ ਤਕਰੀਬਨ 78 ਸਾਲ ਦੀ ਉਮਰ ਬਤੀਤ ਕਰਕੇ ਸਮੂਹ ਪਰਿਵਾਰ ਰਿਸ਼ਤੇਦਾਰ ਸੰਬੰਧੀ ਇਲਾਕਾ ਨਿਵਾਸੀ ਸੰਗਤਾਂ ਸਭਨਾਂ ਦੇ ਨਾਲ ਆਪਣੇ ਜੀਵਨ ਕਾਲ ਦੇ ਵਿੱਚ ਵਿਚਾਰਾਂ ਦੀਆਂ ਪਿਆਰ ਦੀਆਂ ਡੂੰਘੀਆਂ ਸਾਂਝਾਂ ਪਾ ਕੇ ਕੁਝ ਕੁ ਦਿਨ ਪਹਿਲਾਂ ਇਸ ਨਾਸ਼ਵੰਤ ਸੰਸਾਰ ਵਿੱਚੋਂ ਕੂਚ ਕਰਦੇ ਸਨ। ਗੁਰਮੁਖ ਪਰਿਵਾਰ ਨੇ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਮ੍ਰਿਤਕ ਪਿੱਛੋਂ ਇਹ ਰੀਤ ਕਰਾਵੋ, ਗੁਰੂ ਗ੍ਰੰਥ ਕਾ ਪਾਠ ਰਖਾਵੋ, ਪਾਵੋ ਭੋਗ ਰਾਗ ਮਾਲਾ ਪੜ੍ਹ, ਫਿਰ ਮੈਂ ਪਾਪ ਚਾਹੇ ਸਭ ਚੜ੍ਹ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਆਪਣੇ ਗ੍ਰਹਿ ਵਿਖੇ ਪ੍ਰਾਰੰਭ ਕਰਵਾਏ ਸਨ। ਕਲਿਆਣਕਾਰੀ ਬਾਣੀ ਜੋ ਸਾਡੇ ਕਲਯੁਗੀ ਜੀਵਨ ਦਾ ਉਧਾਰ ਕਰਦੀ ਹੈ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਭੋਗ ਦੇ 57 ਸਲੋਕ ਆਪ ਜੀ ਨੇ ਸਰਵਣ ਕੀਤੇ ਉਪਰੰਤ ਵਿਛੜੀ ਹੋਈ ਆਤਮਾ ਦੇ ਨਿਮਿੱਤ ਰੂਹੀ ਕਲਿਆਣਤਾ ਦੇ ਲਈ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਉ। ਉਸ ਕਰਤੇ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਕੀਰਤੀ ਆਪ ਜੀ ਨੇ ਕੀਰਤਨ ਸਰਵਣ ਕੀਤਾ, ਮੌਤ ਦੇ ਪਰਥਾਏ ਇਸ ਸੰਸਾਰ ਦੀ ਨਾਸ਼ਵੰਤਾ ਦੇ ਪਰਥਾਏ ਆਪ ਜੀ ਨੇ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਬਚਨ ਕੀਰਤਨ ਦੇ ਰਾਹੀਂ ਸਰਵਣ ਕੀਤੇ ਨੇ। ਸਤਿਗੁਰੂ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਸਮੁੱਚੀ ਮਾਨਵਤਾ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਭਾਈ, ਕਿਸ ਗੱਲ ਦੀ ਚਿੰਤਾ ਕਰਦਾ ਹੈ, ਇਹ ਜੋ ਪਹਾੜਾਂ ਤੇ ਜੇ ਸਾਡੇ ਇਕੱਲਿਆਂ ਦੇ ਨਾਲ ਐਸੀ ਘਟਨਾ ਵਾਪਰੀ ਹੋਵੇ ਚਿੰਤਾ ਤਾਂ ਕੀ ਕੀਜੀਏ, ਤਾਂ ਅਸੀਂ ਚਿੰਤਾ ਕਰੀਏ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਯਾਦ ਰੱਖ। ਜਿਸ ਤਰ੍ਹਾਂ ਦਿਨ ਤੇ ਸਰਪਲ ਪੌਸੀ ਰਾਤ, ਦਿਨ ਚੜਿਆ ਤੇ ਸਾਨੂੰ ਪਤਾ ਦਿਨ ਤੋਂ ਛਿਪਣ ਤੋਂ ਉਪਰੰਤ ਰਾਤ ਪੈਣੀ ਹੀ ਪੈਣੀ, ਇਸ ਨੂੰ ਕੋਈ ਟਾਲ ਨਹੀਂ ਸਕਦਾ। ਦਿਨ ਤੇ ਸਰਪਲ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਰਾਤ ਬੀਤੀ ਫਿਰ ਦਿਨ ਚੜ ਗਿਆ, ਐਸਾ ਹੋਣਾ ਹੈ। ਦੁੱਖ ਤੋਂ ਬਾਅਦ ਸੁੱਖ, ਦਿਨ ਤੋਂ ਬਾਅਦ ਰਾਤ ਆਉਣੀ ਹੀ ਆਉਣੀ ਹੈ, ਜਨਮ ਤੋਂ ਬਾਅਦ ਮਰਨਾ ਅਵਸ਼ ਹੋਏਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਜੀਬ ਸੱਚੀ ਗੱਲ ਹੈ, ਆਪਣੇ ਅੰਦਰ ਪੱਕੀ ਕਰ ਲੈ, ਧਾਰ ਲੈ,
कि सगल जगते की न्याई है। इसनू खत्म होंदिया इसनू बिनसदिया जरा जिन्ना समा नहीं लगता, परख झपक जिन्ना समा लगता है। पानी का बुलबुला, बाजीगर की खेड, ते संसार की रचना शहर के चौंकों के देखते हैं। बाजीगर डबरू बजा है, लोग इकट्ठे होंगे ने, साडिया अखा भुलेखा पा के पता नहीं कितने कीमती साजो समान वो मदारी साडिया अखा सामने पैदा करता है, कढ़ के विखा है, रुपए पैसे बना, सोहरे वस्त्र बना, होर अनेक तरह दी वस्तुआं असीं अपनियां अखां दे नाल देखदे आ। पर गुरमुख प्यारो सच्चाई साडे सामने उदों नूं इकट्ठ नूं संबोधन करके कहिंदा गए, मेरी रोटी दा वास्ता, हाथ जोड़ के कहिंदा है मेरी रोटी दा वास्ता है तुहानूं सभनां नूं, जो मैं तमाशा जो मैं खेड आप जी के सामने खेती है ना, इसकी कदर करते हुए पांच दस भी रुपए सतगुरु प्रसाद आनंद पाया मेरी माए, सतगुरु मैं पाया राग रतन परवा सब नाग का समरत स्वामी सो कमन हो सारे कहे नानक मन मेरे सदा हो हर नाले साचे सागे वा क्या नहीं करते है करता तेरे सब किस है नानक सच्चे साहिब क्या नहीं करते साचा नाम मेरा आधार सुख मन आए वसिया जिन इच्छा सब पुजाइया नानक सुन लो संतो शब्द करो प्यार साचा नाम मेरा आधार वाचे पंच शब्द कर सपाके शब्द वाचे कला जित कर तारिया पंच दूत बुद्ध वास्त कीते काल कंठ कमारिया तुझ पर रंग पाया तुझ जिन को से नाम हर कर लागे अरे नानक कै सुखो आनंद सुनाओ बड पाकी हो सगल मनोरथ पूरे मार परम प्रभ पाया उतरे सगल विसोरे दुख रोग संताप पूरे सुनी सच्ची वाणी संत साजन पे सर से पूरे गुरु ते जानी सुनते पुनीत कहते पवित सतगुर रहया परपूर ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਵਤ ਕੇ ਸਲੋਕ ਪਵਨ ਗੁਰੂ ਪਾਣੀ ਪਿਤਾ ਆਤ ਸੰਤ ਪ੍ਰਵਾਨ ਦਿਵਸ ਰਾਤ ਤੁਹਿ ਕਾਈ ਸਾਇਆ ਕੇਲੇ ਸਗਲ ਜਗਤ ਚੰਗੇ ਆਇਆ ਗੁਰੇ ਆਇਆ ਵਾਜ ਕਰਮ ਅਧੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ नानक देव की चले छुट्टी ना
वाहिगुरु जी का खालसा वाहिगुरु जी की फतेह तुम ही जानी नान तुम्हारी गात मित तुम ही जानी नानक दास अरदास को ओंकार वाहिगुरु जी की फतेह श्री भगवती जी साहिब प्रताम भगवती सिमर कै गुरु नानक नहीं ते आए फिर अंगद गुरु ते अमरदास रामदास है मोहि साहिब अर्जुन हर गोविंद नौ सिमरो श्री हर राय श्री हर कृष्ण ते आई जिस डिठे सब दुख जाए तेग बहादुर सिमरिया घर नौट दिया वै ताए सब थाई होए प्यारिया चौह साहबजादिया चाली मुक्तिया हठिया जपिया तपिया जिन्ना नाम जपिया वंड के छकिया देख चलाई तेग वाह की देख के अंगठ किया तिना प्यारिया सचियारे की कमाई का ध्यान धर के खालसा साहे बोलो जी जिन्ना सिंगा सिंगनिया ने धर्म हित सिस दिते बंद बंद कटवाए कोपरिया लुहाइया चरकड़िया ते चढ़े आर्या नाल चराए गुरुद्वारे की सेवा लई कुर्बानिया कीतिया सिखी सिखनी हारिया सिखी केसा सुवासा संग ने बहाई तिना की कमाई का ध्यान धर के खालसा साहे बोलो जी पंजा तख्ता सरबत गुरुद्वारे का ध्यान धर के बोलो जी प्रथमे सरबत खालसा जी की अरदास है जी सरबत खालसा जी को वाहिगुरु 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 नाम चितावे चितावन का सदकार सर्व सुख होए जहां जहां खालसा जी साहिब तहां तहां रचिया रिया देख तिख फतेह बिरद की पैज रगे पंथ की जीत श्री साहिब जी सहाय खालसा जी के बोल वाले बोलो जी आप जी दे सिक्का नू सिक्खी दान केस दान दान विवेक दान विसाह दान भरोसा दान दाना सिर दान नाम दान श्री अमृतसर साहब जी के स्नान चौंकियां झंडे बुंगे जुगो जुग अटल धर्म का जयकार खालसा जी के बोल वाले बोलो जी आप जी दे सिक्खां दा मन नीवा मत उची मत दा रखा हे अकाल पुरख अपने पंथ दे सदा सहाई दातार जीओ श्री ननकाणा साहिब अते होर गुरुद्वारे गुरुधामा जिन्हां तों खालसा पंथ नूं विछोड़िया गया तिन्हां दे खुले दर्शन दीदार सेवा संभाल दा दान अपने प्यारे खालसा जी नूं बख्शो जी हे निमाणिया दे मान नेताणिया दे तान न्योटिया दी ओट चवर छत्र सिंघासन दे मालक धन धन साहिब सतगुरु श्री गुरु ग्रंथ साहिब निरंकार पातशाह सतगुरु जीओ आप जी दे चरण कमला पास सानिमर अरदास बेनती है आया हुक्म पार ब्रह्म का छोड़ चलिया एक दिहाड़े सरफे सरफे सदा सदा ए वह गई विहाय नानक किसनो आखिया बिन पुछया ही लै जाए सतगुरु जी आप जी दे इना महावाक अनुसार दर घर दे प्रीतवान गुरमुख प्यारे सरताक सत्कारयोग मास्टर मुख्तियार सिंह जी आप जी वालों बख्शी हुई सुवासा रूपी पूंजी नूं भोगदे आ इस मातलोक की यात्रा करदे आ आप जी दे सद्दे नूं प्रवान करके अकाल चलाणा कर गए सन विछड़ी हुई आत्मा दे निमित रूह दी कल्याणता दे लई पिछों उन्हां दे सारे ही परिवार ने कतर हो करके आप जी दी पावन पितर गुरबाणी दे श्री साहिब जाप अपने ग्रह विखे प्रारंभ करवाए महान बख्श रहमत दा सदका श्री साहिब पाठां दी निर्गुणता सहित संपूर्णता होई उपरंत पावन गुरबाणी दा कीर्तन होया गुरमत विचारां होईयां
ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਸਮੁੱਚੀ ਸੇਵਾ ਨਿਭਾਉਂਦੇ ਹਾਂ ਆਪ ਜੀ ਦੀ ਆਗਾਹ ਬੁਧਬਾਣੀ ਪੜ੍ਹਦੇ ਹਾਂ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਕਿਰਪਾ ਬਖਸ਼ਦੀ ਅੱਗੇ ਤੋਂ ਸਮਤ ਬਖਸ਼ਣੀ ਸੁਧ ਸਮਿਤ ਗੁਰਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ ਵਿਛੜੀ ਹੋਈ ਆਤਮਾ ਨੂੰ ਜੰਮਣ ਮਰਨ ਤੋਂ ਰਹਿਤ ਕਰਕੇ ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਂ ਪਾਸ ਨਿਚਲ ਵਿਸ਼ਰਾਮ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਅੱਗੇ ਵਾਸਤੇ ਕਿਰਪਾ ਕਰਨੀ ਇਸ ਘਰ ਵਿੱਚੋਂ ਦੁੱਖਾਂ ਦਾ ਨਾਸ਼ ਕਰਕੇ ਸੁੱਖਾਂ ਦਾ ਪ੍ਰਵੇਸ਼ ਕਰਨਾ ਸਾਰੇ ਹੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ ਸਾਰੇ ਪਰਿਵਾਰ ਵਿੱਚ ਆਪਸ ਵਿੱਚ ਸਲੂਕ ਪ੍ਰੇਮ ਅਤੇ ਇਤਫਾਕ ਬਖਸ਼ਿਸ਼ ਕਰਨਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ ਬੱਚਿਆਂ ਨੂੰ ਉੱਚ ਵਿਦਿਆ ਦੀਰਘ ਆਯੂ ਆਪਣੀ ਸਤਿਕਾਰਯੋਗ ਮਾਤਾ ਜੀ ਦੇ ਆਗਿਆਕਾਰ ਬਣਾਉਣਾ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾਏ ਗਏ ਆਪ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ ਬੇਅੰਤ ਮਾਇਆ ਗੁਰਮੁਖ ਪਰਿਵਾਰ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਤੇ ਕੀਰਤਨ ਦੇ ਸਤਕਾਰ ਵਿੱਚ ਹਾਜ਼ਰ ਹੋਈ ਸਰਬੱਤ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਸਮਾਗਮਾਂ ਦੀ ਚੜ੍ਹਦੀ ਕਲਾ ਦੇ ਲਈ ਗੁਰਮੁਖ ਪਰਿਵਾਰ ਵੱਲੋਂ ਧਿਆਵਲ ਕਲਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਆਪਣੇ ਪਵਿੱਤਰ ਦਰ ਘਰ ਦੀ ਆਸੀਸ ਸ੍ਰੀ ਹੁਕਮਨਾਮਾ ਸਾਹਿਬ ਬਖਸ਼ ਕੇ ਸਰਬੱਤ ਸੰਗਤ ਨੂੰ ਨਿਹਾਲ ਕਿਰਤਾਰਥ ਕਰੋ ਸਾਰੇ ਹੀ ਸੰਸਾਰ ਤੇ ਸੁੱਖ ਹੋਵੇ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਕੇ ਕੜਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਵਾਹਿਗੁਰੂ ਸਾ ਮਿਲਾਂਗੇ ਵਾਹਿਗੁਰੂ ਸਾ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਸ੍ਰੀ ਵਾਹਿਗੁਰੂ ਜੀ ਸੁਰਤ ਮਹਲਾ ਨਾਵਾ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਂਦੇ ਹੋ ਕੋ ਕਾਉ ਕੋ ਨਾਈ ਪ੍ਰੀਤਮ ਜਾਣ ਲਿਓ ਮਨ ਮਾਈ ਆਪਣੇ ਸੁਖ ਸੋਹੀ ਜਗ ਫਾਂਦੇ ਹੋ ਕੋ ਕਾਉ ਕੋ ਨਾਈ ਰਾਉ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਿਤ ਕੋ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਏਕ ਆਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨਿਓ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ
ਇਹ ਵਿਧ ਕੋ ਵਿਵਹਾਰ ਬਣਿਓ ਹੈ ਜਾਂ ਸਿਉ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਓ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਮਹਾਨ ਸ਼ਖਸੀਅਤ ਮਾਸਟਰ ਮੁਖਤਿਆਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਵੱਖ ਵੱਖ ਪਾਰਟੀਆਂ ਵੱਲੋਂ ਆਏ ਹੋਏ ਨੁਮਾਇੰਦੇ, ਵੱਖ ਵੱਖ ਦਫ਼ਤਰਾਂ ਵੱਲੋਂ ਅਫੀਸਰ ਸਾਹਿਬਾਨ, ਸਕੂਲਾਂ ਤੋਂ ਆਏ ਹੋਏ ਅਧਿਆਪਕ, ਇਲਾਕੇ ਦੇ ਪੰਜ ਸਰਪੰਚ ਸਾਹਿਬਾਨ ਅਤੇ ਨਗਰ ਵਾਸੀ ਵੀਰੋ, ਇਸ ਦੁੱਖ ਦੀ ਘੜੀ ਵਿੱਚ ਤੁਸੀਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸ਼ਰੀਕ ਹੋਇਓ। ਮਾਸਟਰ ਮੁਖਤਿਆਰ ਸਿੰਘ ਜੀ ਜੋ ਕਿ 3 ਮਾਰਚ ਨੂੰ ਇਸ ਪਰਿਵਾਰ ਨੂੰ ਅਤੇ ਪੂਰੇ ਇਲਾਕੇ ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦਾ ਜਨਮ 1942 ਜੂਨ 1942 ਨੂੰ ਇਸੇ ਪਿੰਡ ਭੰਗਜੜੀ ਵਿਖੇ ਹੋਇਆ। ਉਹਨਾਂ ਦੇ ਪਿਤਾ ਸਰਦਾਰ ਮਾਲਾ ਸਿੰਘ ਜੀ ਅਤੇ ਮਾਤਾ ਆਸ ਕੌਰ ਜੀ ਬੜੇ ਮਿਹਨਤੀ, ਅਣਥੱਕ ਅਤੇ ਕਿਰਤ ਕਮਾਈ ਵਾਲੇ, ਸਾਫ਼ ਸੁਥਰੇ ਆਚਰਨ ਵਾਲੇ ਉਹਨਾਂ ਦੇ ਮਾਤਾ ਪਿਤਾ ਸਨ, ਜਿਨ੍ਹਾਂ ਨੇ ਆਪਣੀ ਐਸ਼ੋ ਆਰਾਮ ਸ਼ੌਂਕ ਨੂੰ ਭੁਲਾ ਕੇ ਆਪਣੇ ਸਾਰੇ ਹੀ ਪਰਿਵਾਰ ਨੂੰ ਪੜ੍ਹਾਇਆ। ਅਤੇ ਅੱਜ ਆਪਾਂ ਦੇਖ ਰਹੇ ਹਾਂ ਉਹਨਾਂ ਦੀ ਬਦੌਲਤ ਇਹ ਜਿਹੜਾ ਪਰਿਵਾਰ ਹੈ ਕਿੱਥੋਂ ਤੱਕ ਪਹੁੰਚਿਆ ਹੋਇਆ। ਮਾਸਟਰ ਜੀ ਨੂੰ ਵਿੱਦਿਆ ਉਹਨਾਂ ਦੀ ਦੇਣ ਹੈ। ਵਿੱਦਿਆ ਪੂਰੀ ਕਰਨ ਉਪਰੰਤ ਮਾਸਟਰ ਮੁਖਤਿਆਰ ਸਿੰਘ ਜੀ ਨੇ ਆਪਣੀ ਨੌਕਰੀ ਬਤੌਰ ਪੰਜਾਬੀ ਅਧਿਆਪਕ ਸ਼ੁਰੂ ਕੀਤੀ। 1966 ਵਿੱਚ ਸਭ ਤੋਂ ਪਹਿਲਾਂ ਉਹ ਭਰੋਖਾ ਪਿੰਡ ਹਰਿਆਣਾ ਵਿਖੇ ਉਹਨਾਂ ਨੇ ਜੁਆਇਨ ਕੀਤਾ। ਉੱਥੇ 1 ਸਾਲ ਰਹਿ ਕੇ 1967 ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੀਵਾ ਰਾਈ ਵਿਖੇ ਉਹਨਾਂ ਨੇ ਨੌਕਰੀ ਕੀਤੀ। ਥੋੜ੍ਹਾ ਜਿਹਾ ਚਿਰ ਉਹ ਡੱਬ ਵਾਲੀ ਕਲਾਂ ਵਿਖੇ ਭਾਕਸਰ ਭੰਗਜੜੀ ਨੌਕਰੀ ਕਰਦੇ ਰਹੇ ਅਤੇ ਸਭ ਤੋਂ ਵੱਧ ਜਿਹੜਾ ਉਹਨਾਂ ਨੇ ਸਮਾਂ ਲਾਇਆ ਉਹ ਲਾਇਆ ਮਹਾਂਪੱਧਰ ਵਿਖੇ। 25 ਸਾਲ ਉਹਨਾਂ ਨੇ ਮਹਾਂਪੱਧਰ ਵਿਖੇ ਪੰਜਾਬੀ ਅਧਿਆਪਕ ਦੇ ਤੌਰ 'ਤੇ ਨੌਕਰੀ ਕੀਤੀ। ਕਿਉਂਕਿ ਮੇਰਾ ਪਿੰਡ ਮਹਾਂਪੱਧਰ ਹੈ, ਸਾਡੇ ਤਾਂ ਸਾਰੇ ਲੋਕ ਉਹਨਾਂ ਤੋਂ ਪੜ੍ਹੇ ਆ ਅਤੇ ਅੱਜ ਵੀ ਉਹਨਾਂ ਨੂੰ ਉਸ ਤਰ੍ਹਾਂ ਯਾਦ ਕਰਦੇ ਆ। ਅਨੇਕਾਂ ਹੀ ਲੋਕ ਉਹਨਾਂ ਦੇ ਪੜ੍ਹੇ ਹੋਏ ਅੱਜ ਵੱਖ ਵੱਖ ਅਹੁਦਿਆਂ 'ਤੇ ਬਿਰਾਜਮਾਨ ਨੇ। ਉਹ ਜੂਨ 2000 ਦੇ ਵਿੱਚ ਰਿਟਾਇਰ ਹੋਏ ਅਤੇ ਉਸ ਤੋਂ ਮਗਰੋਂ ਉਹਨਾਂ ਨੇ ਹੋਰ ਮਿਹਨਤ, ਉਸ ਤੋਂ ਵੀ ਵੱਧ ਮਿਹਨਤ ਕੀਤੀ ਤਾਂ ਕਿ ਸਮਾਜ ਦੇ ਕੰਮਾਂ ਦੇ ਵਿੱਚ ਹਿੱਸਾ ਲਿਆ ਜਾ ਸਕੇ। ਉਹ ਇੱਕ ਸਮਾਜ ਸੇਵਕ ਸਨ, ਇਮਾਨਦਾਰ ਅਤੇ ਸੁਲਝੇ ਹੋਏ ਇਨਸਾਨ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹ 5 ਭੈਣ ਭਰਾ ਸਨ, 2 ਭੈਣਾਂ ਮਲਕੀਤ ਕੌਰ ਅਤੇ ਗੁਰਦੇਵ ਕੌਰ, ਭੈਣ ਮਲਕੀਤ ਕੌਰ ਜੋ ਸੰਧਵੀ ਵਿਆਹੀ ਹੋਈ ਆ, ਉਹਨਾਂ ਦੇ ਪਤੀ ਜੀ ਕਾਕਾ ਸਿੰਘ ਜੀ ਉਹ ਉੱਥੋਂ ਦੇ ਸਰਪੰਚ ਨੇ, ਅਤੇ ਭੈਣ ਗੁਰਦੇਵ ਕੌਰ ਹਾਥੀਆਂ ਵਾਲੇ ਉਹ ਉਹਨਾਂ ਦੇ ਪਤੀ ਜਰਨੈਲ ਸਿੰਘ ਖੈਰ ਨੇ, ਅਤੇ ਸੋਹਣ ਸਿੰਘ ਜੀ ਲੈਕਚਰਰ ਪੰਜਾਬੀ ਉਹ ਖੁਰਨ ਕਲਾਂ ਵਿਖੇ ਉਹਨਾਂ ਨੇ ਨੌਕਰੀ ਕੀਤੀ ਲੈਕਚਰਰ ਪੰਜਾਬੀ ਵਜੋਂ। ਭੰਗਜੜੀ ਵੀ ਰਹੇ, ਹੁਣ ਉਹ ਵੀ ਘਰੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈ ਰਹੇ ਨੇ। ਮਾਸਟਰ ਮੁਖਤਿਆਰ ਸਿੰਘ ਜੀ ਦੇ ਦੋਵੇਂ ਬੇਟੇ ਜਸਵਿੰਦਰ ਸਿੰਘ ਜੀ ਐਕਸੀਅਨ ਸਾਹਿਬ ਜੋ ਹੈਲਥ ਵਿਭਾਗ ਵਿੱਚ ਨੇ, ਅਤੇ ਉਹਨਾਂ ਦੀ ਨੂੰਹ ਪ੍ਰਨੀਤ ਕੌਰ ਜੋ ਪੋਸਟ ਗ੍ਰੈਜੂਏਟ ਹੈ, ਉਹ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਲੜਕੀ, ਅਤੇ ਦੂਸਰੇ ਬੇਟੇ ਯਾਦਵਿੰਦਰ ਸਿੰਘ ਜੀ ਐਡਵੋਕੇਟ ਸਾਹਿਬ, ਅਤੇ ਉਹਨਾਂ ਦੀ ਪਤਨੀ ਅਮਨਪ੍ਰੀਤ ਕੌਰ ਜੋ ਇੱਕ ਸਰਕਾਰੀ ਟੀਚਰ ਨੇ। ਉਹਨਾਂ ਦੇ ਭਤੀਜੇ ਬਲਵਿੰਦਰ ਸਿੰਘ ਜੋ ਆਰਮੀ 'ਚ ਅੱਜ ਕੱਲ੍ਹ, ਤਲਵਿੰਦਰ ਸਿੰਘ ਸਰਕਾਰੀ ਨੌਕਰੀ 'ਤੇ ਆ, ਹਰਵਿੰਦਰ ਸਿੰਘ ਜੀ ਪੜ੍ਹ ਰਹੇ ਆ, ਅਤੇ ਲੜਕੀ ਹਰਵਿੰਦਰ ਕੌਰ ਜੋ MA BED ਹੈ। ਕਹਿਣ ਤੋਂ ਮੇਰਾ ਮਤਲਬ ਸਾਰਾ ਇਹ ਆ ਕਿ ਉਹਨਾਂ ਨੇ
समाज सेवा के नाल नाल परिवार की भी इन्नी सेवा की, सिर्फ अपने बच्चों तक सीमित नहीं, आंढ़ गुआंढ सारा पिंड सारे इलाके के बच्चों एक वधिया सेध दिती। और उन्होंने यही कहा भी भाई पढ़ाई है जी ये सब तो उत्तम है, पढ़िया लिखा करो, इस करके उन्होंने सारा परिवार के कोई भी अजकल अनपढ़ नहीं, जो कि फरीदकोट विखे ब्याई अजक रेंदे उठे आ पिंड वीरे वाला विखे, उन्होंने दमांड कुलदीप सिंह जी जो एडवोकेट ने, दूजी लड़की राजपाल कौर जो सरकारी टीचर है, उन्होंने दमांड चरणजीत सिंह वह भी एक सरकारी टीचर ने, इन्ना जो उन्होंने मान सत्कार मिले है अज का कट दसदा इलाके की शख्सियत सी। वाहेगुरु उन्होंने रूह न शांति बख्शे, अपने चरणों में निवास देवे। साढ़े को बुलारे काफ़ी ने, क्योंकि मास्टर जी का प्यार ही लोगों इन्ना सी, पर असी थोड़ा थोड़ा समा देवे सारे बुलारिया, नाराज भी नहीं किसी को करना। सब तो पहला मैं बेनती करने वाला तो, क्योंकि मास्टर जी मार्केट कमेटी के उन्होंने नाल रहे हैं, उन्होंने भी उन्होंने जीवन बारे बहुत कुछ पता है। सो मैं बेनती करता हनी बराड़ जी फतन वाला वो दो मिनट वास्ते मास्टर जी श्रद्धांजलि भेंट कर। श्री गुरु ग्रंथ साहब जी का उल्टा आसरा लेके बैठी हुई समुची साध संगत जी सब फतेह बुलाना है। फतेह का जवाब खालसा जी फतेह विच देना। वाहेगुरु जी का खालसा वाहेगुरु जी की फतेह। जेहा जी ने लिखा तेहा हुक्म कमाए कले आवे नानका सदे उठ जाए ते महावाक अनुसार। मेरे बहुत ही सत्कारयोग ताया जी सरदार मुख्तियार सिंह सानू सारयां सदीवी विछोड़ा दे के चले गए। मास्टर मुख्तियार सिंह जी एक रब्बी रूह वांग सा, मेरा उन्हां नाल बहुत पुराना रिश्ता सी। मैं जदों स्कूल च पढ़दा सी तो उस वेले भी उन्हां दी मेरे पिता जी नाल बड़ी गूढ़ी दोस्ती सी। वक्त लंघदा गया सानू दोनों मार्केट कमेटी श्री मुक्तसर साहब दे विच बतौर चेयरमैन ते बतौर मैंबर सेवा निभाउण दा मौका मिलिया। इहो जे शरीफ इंसान इस दुनिया ते बहुत घट आउंदे आ, ते जिहड़े आउंदे आ परमात्मा वी उहनां पासों कोई कदे लुको के नहीं रखदे। अज इस परिवार दे बड़ी कृपा है, सधारण मजदूर परिवार दे विच जन्म लै के उन्होंने इन्नी मेहनत मुशक्कत की कि अज उन्होंने परिवार का इस पंजाब दे विच बहुत वड्डा नाम है, बहुत वड्डा स्थान है। चार बच्चे दो बेटे ते दो बेटियां, उन्होंने अपने बच्चों को बहुत वधिया सिक्ख्या तालीम दिती, उन्होंने बहुत अच्छे घराणियां दे विच विआह रिश्ते कीते। अज चारों बेटे बेटियां बहुत वैल सैटल्ड आ, पुत पोतरिया वाले होके मास्टर जी गए आ, लेकिन 76 साल की उम्र कोई जान की उम्र नहीं होंगी। सानू सारे बड़ा दुख आ। कीर्तनी है जथे ने विरागमय कीर्तन किया है, जो आया सो चल सी सबको आई वारी है। साध संगत जी ये वारी हर एक इंसान की आनी है, लेकिन जान तो बाद अंतम अरदास के मौके से जाने वाले दे पता लगता है कि वह कितनी नेक कमाई करके गए आ। अज मैं वेख रहा है ताया जी की इस अंतम अरदास दे विच मालवे दे इस इलाके दियां मेरा ख्याल है कोई इहो जी शख्सियत नहीं जिहड़ी उन्हां नूं शरधा दे फुल भेंट कर लई ना आई होवे। मैं उन्हां दे बहुत अति करीबी रहा, मैनूं पता है कि उन्हां दा मेरे नाल किन्ना नजदीकी रिश्ता सी। उन्होंने कमरे के भी जेड़े इंसान की दोस्ती पंजाब के दो दिग्गज आगू सरदार प्रकाश सिंह बादल ते उन्होंने छोटे भाई सरदार गुरदास सिंह बादल उन्होंने दोस्ती रही होवे, उन्होंने आपका सियासी जीवन निभाया होवे, लेकिन अज भी उन्होंने कमरे के दो आगुआ की नहीं मेरी तस्वीर लगी है। इतों पता लगता है कि वह मेरे दिल के किन्ने नेड़े सी। अज ऐतवार का दिन मुक्तसर हल्के दे विच भी बहुत अफसोसनाक घटनावां सी, भोग सी, विआह सी, लेकिन मेरा दिल उन्ना चिर खड़िया नहीं जिन्ना चिर मैं उन्हां दी अंतम अरदास दे विच शामिल नहीं होया।
क्योंकि जिथे ताया जी नाल मेरा गूढ़ा रिश्ता सी, उम्र दे विच मैथों बहुत साल वड्डे सी, लेकिन दोस्तां वांग असी आपदे रह मशवरे परिवारक जीवन दे सियासी जीवन दे एक दूजे नाल रह मशवरे करदे सी। और उस तो बाद भी मैं चाहूंगा कि मेरे वड्डे वीर सरदार जसविंदर सिंह जी एक्सीएन साहब ते मेरे वड्डे वीर भाई यादविंदर सिंह जी एडवोकेट साहब भी ये रिश्ता जिहड़ा बाद दस्तूर उस तरह मेरे नाल जारी रखन। सो मैं आपके दिल दीआं गहराइयां तो अपने वालों अपने पिता सरदार गुरराज सिंह फतर वाला वालों जिथे उन्हां नूं श्रद्धा दे फुल भेंट करदा है उथे गुरु महाराज के चरणों में एक बार फिर अरदास बेनती करता है कि हे सच्चे पातशाह इस नेक रूह नूं आपके चरणों में नवासना बख्शना। पिछे मेरे भरावां नूं मेरियां भैणां नूं साडे दामादां नूं पुत पोतरा पड़पोतरा दोतरा नूं सारयां नूं रिश्तेदारां नूं नगर निवासियां नूं उन्हां तों जिहड़े पढ़दे रहे आ उन्हां दे जिन्ने भी शिष्य बैठे आ सारयां नूं इह कहि ते असह भाणा मनण दा बल बख्शी। इन्ना कुछ कहिंदा होइआ समत साहा लिखिया मिलकर पाओ तेल दो सज्जन असीसणियां जो होवे साहिब सो मेल। वाहेगुरु जी का खालसा वाहेगुरु जी की फतेह। ਇਸ ਕਰਕੇ ਉਹ ਉਹਨਾਂ ਨੂੰ ਨਾਮ ਬਣਾਉਂਦੇ ਸੀ। ਹੁਣ ਮੈਂ ਬੇਨਤੀ ਕਰੂੰਗਾ ਐਮ ਪੀ ਸਾਹਿਬ ਸ਼ੇਰ ਸਿੰਘ ਜੀ ਬਭਾਇਆ ਉਹ ਤੁਹਾਡੇ ਨਾਲ ਆਪਣੇ ਵਿਚਾਰ ਦੋ ਮਿੰਟ ਵਾਸਤੇ ਸਾਂਝੇ। ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਮੁਖਤਿਆਰ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਪਹੁੰਚੀ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਲਖਾਏ ਮੰਡਲ ਮੇ ਆਏ ਤੇ ਮਾਂ ਵਾਕਣ ਸਾਹਿਬ ਜੋ ਵੀ ਇਨਸਾਨ ਇਹ ਧਰਤੀ ਤੇ ਪੈਦਾ ਹੋਇਆ ਉਹ ਆਪਣੇ ਜਨਮ ਲੈਣ ਤੋਂ ਪਹਿਲਾਂ ਮਰਨ ਦਾ ਸਮਾਂ ਟਾਈਮ ਜੋ ਹੈ ਉਹ ਲਿਖਵਾ ਕੇ ਲਿਆਉਂਦਾ ਕਿਉਂਕਿ ਜਦੋਂ ਜਨਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਣੇ ਜੀਵਨ ਕਾਲ ਵਿੱਚ ਜਨਮ ਤੋਂ ਬਾਅਦ ਜੋ ਬੱਚਾ ਪੈਦਾ ਹੋ ਕੇ ਮਾਂ ਬਾਪ ਦੇ ਘਰ ਮਾਂ ਬਾਪ ਉਸਨੂੰ ਐਜੂਕੇਸ਼ਨ ਸਿੱਖਿਆ ਦੇ ਕੇ ਉਸਨੂੰ ਲਿਖਾ ਬਣਾ ਕੇ ਕਾਬਲ ਬਣਾਉਂਦਾ ਹੈ ਤਾਂ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਉਸਦੀ ਕੀ ਸੋਚ ਹੈ ਉਹ ਕਿਸ ਤਰ੍ਹਾਂ ਦਾ ਲੋਕਾਂ ਦੇ ਨਾਲ ਉਸਨੇ ਵਰਤਾਓ ਕੀਤਾ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਮਹਾਰਸ਼ੀ ਨੇ ਜਿੱਥੇ ਆਪ ਐਜੂਕੇਸ਼ਨ ਲਈ ਉੱਥੇ ਇਲਾਕੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਿੰਨੇ ਹਜ਼ਾਰਾਂ ਬੱਚਿਆਂ ਨੂੰ ਉਹਨਾਂ ਨੇ ਤਾਲੀਮ ਦੇ ਕੇ ਕਾਬਲ ਬਣਾ ਕੇ ਜਿੱਥੇ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਵਾਸਤੇ ਉਹਨੇ ਸੇਵਾ ਨਿਭਾਈ ਉੱਥੇ ਇਲਾਕੇ ਵਾਸਤੇ ਬਹੁਤ ਵੱਡੀ ਸੇਵਾ ਨਿਭਾਈ। ਇਸ ਕਰਕੇ ਇਹੋ ਜਿਹੇ ਇਨਸਾਨ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਰੇ ਇਲਾਕੇ ਨੂੰ ਘਾਟਾ ਪਿਆ। ਸੋ ਮਾਸ਼ੀ ਬਹੁਤ ਨੇਕ ਇਨਸਾਨ ਸਨ। ਮੈਨੂੰ ਜਦੋਂ ਤੋਂ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਆਮ ਤੌਰ 'ਤੇ ਮੀਟਿੰਗਾਂ ਵਿੱਚ ਇਕੱਠੇ ਬੈਠ ਕੇ ਵਿਚਾਰਾਂ ਜਿਹੜੀਆਂ ਸੀ ਅਸੀਂ ਇਕੱਠੀਆਂ ਕਰਦੇ ਰਹੇ ਤਾਂ ਬਹੁਤ ਚੰਗੀ ਸੋਚ ਰੱਖਣ ਵਾਲੇ ਇੱਕ ਇਨਸਾਨ ਸਨ। ਇਸ ਕਰਕੇ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਮੈਨੂੰ ਵੀ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਚੰਗੀ ਸੋਚ ਰੱਖਣ ਵਾਲਾ ਜੋ ਇਨਸਾਨ ਹੁੰਦਾ ਹੈ ਉਹ ਭਾਵੇਂ ਕਿਸੇ ਮਰਜ਼ੀ ਪਾਰਟੀ ਵਿੱਚ ਹੋਵੇ ਭਾਵੇਂ ਕਿਸੇ ਮਰਜ਼ੀ ਥਾਂ 'ਤੇ ਹੋਵੇ ਉਹਦੀ ਸੋਚ ਹਮੇਸ਼ਾ ਚੰਗੀ ਰਹਿੰਦੀ ਹੈ ਔਰ ਉਸਦੀ ਸੋਚ ਚੰਗੀ ਹੋਣ ਨਾਲ ਇਲਾਕੇ ਨੂੰ ਬੜਾ ਵੱਡਾ ਜੋ ਫਾਇਦਾ ਹੁੰਦਾ ਉਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਂ ਜ਼ਿਆਦਾ ਲੰਬਾ ਨਾ ਜਾਂਦਾ ਮੈਂ ਆਪਣੇ ਵੱਲੋਂ ਆਪਣੇ ਇਲਾਕੇ ਵੱਲੋਂ ਬਾਟ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਪਰਿਵਾਰ ਨੂੰ ਖਾਣਾ ਮਿਲਣ ਦਾ ਬਾਲ ਪੁੱਤੀ ਤਾਕਤ ਬਖਸ਼ੇ ਕਿ ਉਹ ਜੋ ਦੁੱਖ ਹੈ ਉਸ ਨੂੰ ਸਹਿ ਸਕਣ ਅਤੇ ਮੈਂ ਇਹ ਵੀ ਬੇਨਤੀ ਕਰਦਾ ਸੱਚੇ ਪਾਤਸ਼ਾਹ ਨੂੰ ਚੰਗੇ ਅਰਦਾਸ ਕਰਦਾ ਕਿ ਇਹਨਾਂ ਦੇ ਜੋ ਬੱਚੇ ਇਹਨਾਂ ਦਾ ਜੋ ਪਰਿਵਾਰ ਹੈ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਨਿਭਾਈ ਹੈ ਉਹ ਵੀ ਸਰਕਾਰੀ ਨੌਕਰੀਆਂ ਵਿੱਚ ਆਪਣਾ ਰੁਤਬਾ ਜਿਹੜਾ ਉਹਨਾਂ ਦੇ ਵੀ ਕੋਲ ਹੈ ਉਹ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਨ ਤਾਕਤ ਬਖਸ਼ਣ ਮਹਾਰਾਜ ਕਿ ਉਹ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਹਰਮਨ ਪਿਆਰਤਾ ਉਹ ਲੈ ਸਕਣ। ਸੋ ਇੰਨੀਆਂ ਬੇਨਤੀਆਂ ਦੇ ਨਾਲ ਕਿਉਂਕਿ
अज का कट जो दसदा कि उन्होंने किन्नी लोगों के नाल सांझ पाई है तो एक इकट्ठ तो यह साबित होंगे। इस करके मैं ज़्यादा कुछ ना कहता, मैं फिर अपने वालों इलाके वालों वारसी में श्रद्धा के फूल भेंट करता कि उन्होंने परमात्मा अपने चरणों के नवास स्थान बख्शे। वाहगुरु जी का खालसा। जो आलमवाला तक जाते थे मास्टर जी वालों उन्होंने कर्मचारियों इन्ना भी हिदायत की गई थी किसी सवारी ने तंग नहीं करना, किसी सवारी ने झटकना नहीं गया। उन्होंने की सोच सी कि मेरे इलाके लोग सौखे रहन। हुण मैं बेनती करूँगा साढ़े दरम्यान जसविंदर सिंह जी कली अकाली पार्टी वालों जसविंदर सिंह जी कली उन्होंने मैं बेनती करूँगा कि वह दो मिनट श्री गुरु ग्रंथ साहब जी की पावन पवित्र हजूरी में मेरे बहुत ही सत्कारयोग पिता समान वैदाक सचिव को जो जाने जाते मास्टर मुख्तार सिंह जी को श्रद्धा के फुल भेंट कर आई हुई गुरु रूप गुरु प्यारे साहसंग जीओ फतेह प्रवान करो। वाहिगुरू जी का खालसा, श्री वाहिगुरू जी की फतेह। गुरबाणी का फरमान है, जिहा चिरी लिखिया तेहा हुक्म कमाए कल्ले आवे नानका सदे उठ जाए। दे महावाक अनुसार जो भी इस दुनिया से आया उसने एक दिन चले जाना है। उस तरह ही साडे सत्कारयोग पिता मास्टर मुख्तार सिंह जी अपनी संसार की यात्रा पूरी करते हुए गुरु चरणों में जा बाजे ने। सत्कारयोग सत्संग जीओ स्टेज तो मास्टर जी की शख्सियत बारे अते उन्हां दे परिवार बारे बहुत ही वड्डिया जिहड़ा मान ते सम्मान वालियां गल्लां कीतियां गईयां है। दास दा वी इस परिवार नाल बहुत ही नजदीकी रिश्ता है क्योंकि मेरे भ्राता सकलदीप सिंह जी वीरे वाला एडवोकेट साहब इस परिवार विच वहे हुए ने। सो बड़े लंबे समय तो मास्टर जी होर दे चरण उनका तो आशीर्वाद लैन का मौका मिलिया। जदों भी मौका मिलिया उन्होंने हमेशा ही अपने बच्चों तो वह मान ते सत्कार दिता। जे मैं परिवार की गल करा तो मास्टर जी के दिते हुए आदेशों मुताबक परिवार अज बहुत ही चढ़ती कला उच्च अहदे विराजमान ने। मेरे वड्डे वीर सर जसविंदर सिंह जी अच्छी साहब जो सरकारी नौकरी लवा रहे ने और यादविंदर सिंह जी एडवोकेट जिन्हों का वकालत वजो भी बहुत वधिया काम अते सियासत पक्षों भी वो अपना पूरे पंजाब अपने परिवार का नाम रोशन कर रहे हैं। कल जदों कोटकपुरा विखे रैली सी तो इसका जिगर सर सुखबीर सिंह जी बादल प्रधान श्रोमणी अकाली दल नाल भी होया तो उन्होंने भी मेरे वालों आपके वालों मेरी ड्यूटी लवाई कि मेरे वालों मास्टर जी को श्रद्धा दे फुल भेंट करना क्योंकि वह अजकल पार्टी के रिया रुझे हुए हैं। सो वीरो मैं ज्यादा समा ना लेंदा होया अंत में अपने वालों अपने परिवार वालों श्रोमणी अकाली दल के प्रधान सर सुखबीर सिंह बादल जी वालों मास्टर जी को श्रद्धा के फुल भेंट करता हुआ वाहिगुरु के चरणों में अरदास करता हाँ कि यह वाहिगुरु इस आत्मा को अपने चरणों में नमाज बख्शन। वाहिगुरु जी का खालसा, वाहिगुरु जी की फतह। उन्होंने शेरेबाज को रिश्तेदार कौर सिंह, गोर सिंह, जगदेव सिंह, सरदार सुवनजीत सिंह, महेंद्र सिंह जी गिल, गुरु रूप प्यारी साहब सिंह जी मैं फतेह अर्ज कर लग्या हाँ। वाहेगुरु जी का खालसा, वाहेगुरु जी की फतेह। किसी शायर ने कहा है कि पिछड़ा कुछ इस अदा से कि रुत ही बदल गई, पिछड़ा कुछ इस अदा से कि रुत ही बदल गई, एक शख्स सारे शहर को वीरान कर गया। सरदार मुख्तार सिंह इस संसार को चले जाने के नाल इस नगर में इस इलाके
ਭਾਈਚਾਰੇ ਵਿੱਚ ਅਧਿਆਪਕ ਭਾਈਚਾਰੇ ਵਿੱਚ ਬਹੁਤ ਹੀ ਅਫਸੋਸ ਮਨਾਇਆ ਗਿਆ ਹੈ। ਸਰਦਾਰ ਮੁਖਤਿਆਰ ਸਿੰਘ ਜੀ ਸੱਚੀ ਸੁੱਚੀ ਸ਼ਖਸੀਅਤ ਸਨ, ਇੱਕ ਨੇਕ ਇਨਸਾਨ ਸਨ, ਇੱਕ ਵਧੀਆ ਅਧਿਆਪਕ ਸਨ, ਇੱਕ ਸਫਲ ਬਾਪ ਸਨ। ਇੱਕ ਅਧਿਆਪਕ ਦੇ ਤੌਰ 'ਤੇ ਉਹਨਾਂ ਨੇ ਇਸ ਇਲਾਕੇ ਵਿੱਚ ਗਿਆਨ ਦੀ ਰੋਸ਼ਨੀ ਮੰਨੀ। ਅਸੀਂ ਉਹ ਰਸਤੇ ਜਾ ਰਹੇ ਸੀ ਮਹਾਂਪੱਧਰ 'ਤੇ, ਸਰਦਾਰ ਗੁਰਜੰਟ ਸਿੰਘ ਅਤੇ ਸਰਦਾਰ ਅਮਰਿੰਦਰ ਸਿੰਘ ਮੇਰੇ ਨਾਲ ਗੱਲ ਕਰ ਰਹੇ ਸੀ। ਉਹ ਕਹਿੰਦੇ ਵੀ ਅਸੀਂ ਵੀ ਸਰਦਾਰ ਮੁਖਤਿਆਰ ਸਿੰਘ ਤੋਂ ਪੜ੍ਹੇ ਹਾਂ, ਸਾਡੇ ਬਾਪ ਵੀ ਉਹਨਾਂ ਦਾ ਪੜ੍ਹੇ ਆ ਔਰ ਉਹਨਾਂ ਨੇ ਸਾਨੂੰ ਆਪਣੇ ਬੱਚਿਆਂ ਵਾਂਗੂ ਪੜ੍ਹਾਇਆ। ਅੱਜ ਇਹ ਸੱਚੇ ਸੁੱਚੇ ਅਧਿਆਪਕ ਸਾਡੇ ਸਮਾਜ ਵਿੱਚ ਬੜੇ ਘੱਟ ਨੇ, ਜਿਹੜੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਆਪਣੀ ਜੇਬ ਵਿੱਚੋਂ ਗਰੀਬ ਬੱਚਿਆਂ ਦੀ ਮਦਦ ਕਰਦੇ, ਉਹਨਾਂ ਦੇ ਫੀਸਾਂ ਭਰਦੇ ਨੇ, ਉਹਨਾਂ ਨੂੰ ਵਰਦੀਆਂ ਬਣਾ ਕੇ ਦਿੰਦੇ ਨੇ। ਸਰਦਾਰ ਮੁਖਤਿਆਰ ਸਿੰਘ ਜੀ ਅਜਿਹੀ ਸੱਚੀ ਸੁੱਚੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਇਆ, ਜ਼ਿੰਦਗੀ ਦੇ ਸਹੀ ਅਰਥ ਦੱਸੇ ਔਰ ਉਹਨਾਂ ਦੇ ਬੱਚੇ ਪੜ੍ਹਾਏ, ਅੱਜ ਵਧੀਆ ਵਧੀਆ ਅਫਸਰ ਲੱਗੇ ਨੇ, ਵਧੀਆ ਵਧੀਆ ਉਹ ਵਧੀਆ ਨੇਕ ਇਨਸਾਨ ਬਣੇ ਨੇ ਔਰ ਸਮਾਜ ਵਿੱਚ ਉਹਨਾਂ ਨੂੰ ਰੋਸ਼ਨੀ ਬਖੇਰ ਰਹੇ ਨੇ। ਇੱਕ ਨੇਕ ਇਨਸਾਨ ਸਨ ਸਰਦਾਰ ਮੁਖਤਿਆਰ ਸਿੰਘ ਜੀ, ਉਹਨਾਂ ਦਾ ਇਸ ਨਗਰ ਵਿੱਚ, ਇਸ ਪਿੰਡ ਵਿੱਚ, ਇਲਾਕੇ ਵਿੱਚ, ਆਪਣੇ ਭਾਈਚਾਰੇ ਵਿੱਚ, ਆਪਣੇ ਰਿਸ਼ਤੇਦਾਰਾਂ ਵਿੱਚ ਇੱਕ ਨੇਕ ਇਨਸਾਨ ਦੇ ਤੌਰ 'ਤੇ ਬਹੁਤ ਹੀ ਸਤਿਕਾਰ ਹੈ ਔਰ ਇੱਕ ਸਫਲ ਬਾਪ ਸਨ ਸਰਦਾਰ ਮੁਖਤਿਆਰ ਸਿੰਘ। ਜਿਵੇਂ ਸਟੇਜ ਤੋਂ ਦੱਸਿਆ ਗਿਆ ਹੈ, ਸਮਾਂ ਬਹੁਤ ਹੋ ਚੁੱਕਿਆ ਹੈ, ਲਗਾਤਾਰ ਬੋਲਣਾ ਵੀ ਜਾਇਜ਼ ਨਹੀਂ ਹੈ। ਚਾਰ ਬੱਚੇ ਨੇ ਇਹਨਾਂ ਦੇ, ਦੋ ਬੇਟੇ ਔਰ ਦੋ ਬੇਟੀਆਂ, ਔਰ ਇਹਨਾਂ ਦੇ ਬੱਚੇ ਇਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਦੇ ਹੋਇਆ ਸਮਾਜ ਵਿੱਚ ਮੋਹ ਪਿਆਰ ਸਤਿਕਾਰ ਲੈ ਰਹੇ ਨੇ। ਦੋਵੇਂ ਬੱਚੇ ਵਧੀਆ ਸਫਲ ਜ਼ਿੰਦਗੀ ਜਿਉਂ ਰਹੇ ਨੇ, ਵੱਡੇ ਬੇਟੇ ਦੇ ਐਕਸੀਨ ਨੇ, ਛੋਟੇ ਬੇਟੇ ਐਡਵੋਕੇਟ ਨੇ ਔਰ ਬੇਟੀਆਂ ਚੰਗੇ ਘਰਾਂ 'ਚ ਵਹੀਆਂ ਹੋਈਆਂ ਨੇ ਔਰ ਇਹਨਾਂ ਦੇ ਜਿਸ ਤਰ੍ਹਾਂ ਸਰਦਾਰ ਮੁਖਤਿਆਰ ਸਿੰਘ ਦਾ ਸਮਾਜ ਸਤਿਕਾਰ ਹੈ, ਪਿਆਰ ਹੈ, ਇਹਨਾਂ ਦੇ ਬੱਚਿਆਂ ਦਾ, ਇਹਨਾਂ ਦੇ ਬੇਟਿਆਂ ਦਾ, ਇਹਨਾਂ ਦੇ ਬੇਟੀਆਂ ਦਾ ਵੀ ਇਸ ਤਰ੍ਹਾਂ ਸਮਾਜ ਸਤਿਕਾਰ ਹੈ। ਸੋ ਜਦੋਂ ਵੀ ਕੋਈ ਵਧੀਆ ਮਨੁੱਖ, ਇੱਕ ਨੇਕ ਇਨਸਾਨ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਪਰਿਵਾਰ ਨੂੰ ਵੀ ਘਾਟਾ ਪੈਂਦਾ ਹੈ, ਨਗਰ ਨੂੰ ਵੀ ਘਾਟਾ ਪੈਂਦਾ ਹੈ ਔਰ ਸਾਡੇ ਸਮਾਜ ਨੂੰ ਘਾਟਾ ਪੈਂਦਾ ਹੈ। ਇਸੇ ਤਰ੍ਹਾਂ ਸਰਦਾਰ ਮੁਖਤਿਆਰ ਸਿੰਘ ਦੇ ਜਾਣ ਨਾਲ ਇਸ ਨਗਰ ਨੂੰ ਘਾਟਾ ਪਿਆ ਹੈ, ਪਰਿਵਾਰ ਨੂੰ ਘਾਟਾ ਪਿਆ ਹੈ ਔਰ ਸਾਡੇ ਸਮਾਜ ਨੂੰ ਘਾਟਾ ਪਿਆ ਹੈ। ਇਸ ਮੌਕੇ ਮੈਂ ਸਰਦਾਰ ਮੁਖਤਿਆਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਸੱਚੀ ਸ਼ਰਧਾਂਜਲੀ ਇਹੀ ਹੈ, ਆਓ ਆਪਾਂ ਉਹਨਾਂ ਨੂੰ ਨੇਕ ਬਣੀਏ, ਵਧੀਆ ਮਨੁੱਖ ਬਣੀਏ, ਸਮਾਜ ਵਿੱਚ ਰੋਸ਼ਨੀ ਵੰਡੀਏ ਵਿੱਦਿਆ ਦੀ ਔਰ ਤਾਂ ਕਿ ਸਾਡਾ ਸਮਾਜ ਇਹ ਧਰਤੀ ਰਹਿਣ ਦੇ ਕਾਬਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਮੁਖਤਿਆਰ ਸਿੰਘ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਅਯੋਧੀ ਬੈਠੀ ਹੋਈ ਸੰਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਮੁਖਤਿਆਰ ਸਿੰਘ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਹੋਰ ਪ੍ਰਕਿਰਿਆ ਬਖਸ਼ੇ, ਮੈਂ ਨੈਸ਼ਨਲ ਕਾਨਫਰੰਸ ਪਾਰਟੀ ਵੱਲੋਂ ਸਰਦਾਰ ਮੁਖਤਿਆਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਲੱਖਾਂ ਵਾਸੀਆਂ ਦਾ ਵੀ ਇਸ ਪਰਿਵਾਰ ਨੂੰ ਮੈਂ ਸਾਰਿਆਂ ਦਾ ਦੁੱਖ ਸਾਂਝਾ ਕਰਦਾ ਹਾਂ। ਲਾਟ ਇਹੀ ਆ ਕਿ ਤੇਰਾ ਭਾਣਾ ਮਿੱਠਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਸਰਦਾਰ ਗੁਰਦੇਵ ਸਿੰਘ ਪਠਾਨਵਾਦ, ਇੰਡੀਅਨ ਲੇਬਰ ਪਾਰਟੀ ਦੇ ਸਾਬਕਾ ਸਰਪੰਚ ਪਿੰਡ ਪਠਾਨਵਾਦ, ਦੋਨਾਂ ਵੱਲੋਂ ਵੀ ਜਿਹੜਾ ਸ਼ੋਕ ਮਤਾ ਆਇਆ, ਜਲ ਸਪਲਾਈ ਅਤੇ ਸਪਲੀਕੇਸ਼ਨ ਮਾਸਟਰ ਇੰਪਲਾਈ ਯੂਨੀਅਨ ਪੰਜਾਬ, ਉਹਨਾਂ ਵੱਲੋਂ ਵੀ ਜਿਹੜਾ ਸ਼ੋਕ ਮਤਾ ਆਇਆ, ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਸ੍ਰੀ ਮੁਕਤਸਰ ਸਾਹਿਬ, ਉਹਨਾਂ ਵੱਲੋਂ ਵੀ ਜਿਹੜਾ ਸ਼ੋਕ ਮਤਾ ਆਇਆ। ਸਰਦਾਰ ਅਜੈਬ ਸਿੰਘ ਪੱਟੀ ਐਕਸ ਐੱਮ ਐੱਲ ਏ, ਉਹਨਾਂ ਦਾ ਵੀ ਸ਼ੋਕ ਮਤਾ ਆਇਆ। ਸਰਦਾਰ ਚਰਨਜੀਤ ਸਿੰਘ ਅਗਰਵਾਲ, ਜੋ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ, ਉਹ ਵੀ ਕੱਲ੍ਹ ਜਿਹੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ, ਪਰਿਵਾਰ ਸਮੇਤ ਆਏ ਸੀ, ਘੰਟਾ ਦੋ ਘੰਟੇ ਜਿਹੜਾ ਉਹ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ। ਤਾਂ ਹੁਣ ਮੈਨੂੰ ਹੁਕਮ ਹੋਇਆ ਕਿ ਮੈਂ ਆਮ ਸਪੀਕਰ ਦਾ ਧੰਨਵਾਦ ਕਰਾਂ। ਬਹੁਤ ਹੀ
कार्योग सात संघ जी जिस तरह मास्टर जी का जिक्र होया है कि मास्टर जी बहुत वधिया इंसान सी बहुत ज़्यादा पढ़े लिखे सी बहुत ज़्यादा सूझवान सी बहुत ज़्यादा मिठ बोलने सी बहुत छम्मे नाल गल करते सी तो मैं उन्होंने बारे ये दसना चाहना है कि वो अपने जीवन के विच जिहड़ा सरदार थोड़े इत्थे इलाके दे विच नेड़े पिंड है करनपट्टी तो उत्थे जिहड़ा सूबेदारा दा परिवार बजदा है तो उस परिवार के सरदार हरचरण सिंह हेडमास्टर रहे ने तो साढ़े हेडमास्टर जी होरी जिहड़े उन्होंने स्टूडेंट ने तो मेरे बैठे तो यह गल दिमाग आ रही सी कि वधिया इंसान तो बंदा तां ही बन सकता है जे उन्हूं कितों वधिया सेध मिली हो चंगे गुण उन्हें ग्रहण किए हो सरदार हरचरण सिंह के पोतरा जी सरदार जसकीर सिंह एडवोकेट वो ही परिवार नाल दुख साझा कर आए ने पिछे जे इन्हां दे परिवार के फादर की डैथ हो गई तो बाबा जी होनी उत्थे भी जरा अफसोस कर रहे सी तो मैं क्योंकि परिवार की गल है तो कई मेरी मन भर आता है तो जिस तरह मैं कुछ गल्लां तुहाडे नाल साझियां करांगा कि बाबा साहब डॉक्टर भीमराव अंबेडकर ने जिहड़े दुनिया के महान फिलासफर रहे ने उन्होंने अपने जीवन के विच ये गल कही कि असीं कितना लंबा पैंडा तय करके आए हाँ ये वड्डी गल की है कि असीं किस दिशा वल गए हाँ तो बाबा तय जो शुक्रगुजार हाँ तो तुहाडे सारयां दी जिहड़ी है इकट्ठे हो के ये अरदास करदा है कि परमात्मा उन्होंने अपने चरणों के निवास बख्शे तो सानू सारयां नू ही जिहड़ा पाणा बलण का बल बख्शे तो वाहिगुरु जिहड़ा है इस तरह दी खुशियां सानू जिहड़ियां सौंपदा रहे कि उन्हां दे परिवार ते जिहड़ा मेहर भरिया हाथ रखदा रहे वाहिगुरु जी का खालसा वाहिगुरु जी की फतेह ਇੰਨੀ ਵੱਡੀ ਉਹ ਸਮਾਜ ਸੇਵਾ ਨਿਭਾ ਰਹੇ ਸਨ ਮਾਸਟਰ ਜੀ ਦੀ ਯਾਦ ਦੇ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਨੂੰ 5500 ਰੁਪਇਆ ਦਾਨ ਦਿੱਤਾ ਇਸ ਪਰਿਵਾਰ ਨੇ ਗੁਰਦੁਆਰਾ ਸਿੰਘ ਸਭਾ ਭੰਗ ਜਣੀ हाँ बेनती है परमात्मा सिंह नूं कि उस स्टेज ते आ के जिहड़ा ये राशि प्राप्त कर लैण गुरद्वारा सिंह सभा भंग जिहड़ी इहनां नूं भी परिवार वल्लों 1100 रुपए का दान उहनां दी याद दे विच दित्ता गया वह भी अपना प्राप्त कर लैण डेरा बाबा सुंदरदास जी मास्टर मुख्तार सिंह दी याद दे विच इहनां नूं जिहड़ा 1100 रुपया परिवार वल्लों जिहड़ा दान दित्ता गया वह भी अपना प्राप्त कर लैण परिवार के पास ਵਾਹਿਗੁਰੂ ਜੀ ਕਾ ਖਾਲਸਾ।